ਅਜਿਹੇ ਕਬਰਿਸਤਾਨ ਜਿੱਥੇ ਜਾਣ ਦਾ ਨਹੀਂ ਹੈ ਰਾਹ ਮ੍ਰਿਤਕ ਦੇਹਾਂ ਸਣੇ ਡਿੱਗ ਜਾਂਦੇ ਨੇ ਲੋਕ ਅੰਤਿਮ ਰਸਮਾਂ ਵੀ ਨਹੀਂ ਹੁੰਦੀਆਂ ਪੂਰੀਆਂ ਮੋਢਿਆਂ ਤੇ ਤਾਬੂ ਚੁੱਕ ਕੇ ਈਸਾਈ ਭਾਈਚਾਰੇ ਦੇ ਲੋਕ ਇੱਕ ਅਜਿਹੇ ਕਬਰਿਸਤਾਨ ਦੇ ਵੱਲ ਜਾ ਰਹੇ ਨੇ ਜਿੱਥੇ ਜਾਣ ਦਾ ਕੋਈ ਰਾਹ ਨਹੀਂ ਹੈ ਝਾੜੀਆਂ ਅਤੇ ਖੇਤਾਂ ਨੂੰ ਪਾਰ ਕਰਕੇ ਫਿਰ ਕਬਰਿਸਤਾਨ ਆਉਂਦਾ ਹੈ ਇਸ ਕਬਰਿਸਤਾਨ ਨੂੰ ਜਾਣ ਵਾਲੀ ਕੋਈ ਵੀ ਸੜਕ ਨਹੀਂ ਹੈ ਲੋਕਾਂ ਨੂੰ ਇਸ ਕਦਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿ ਬਰਸਾਤਾਂ ਦੇ ਦਿਨਾਂ ਵਿੱਚ ਉਮਰਿਤਿਕ ਦਿਹਾਲੇ ਜਾਂਦੇ ਹੋਏ ਰਾਹ ਦੇ ਵਿੱਚ ਡਿੱਗ ਜਾਂਦੇ ਨੇ ਕਈ ਵਾਰ ਹਾਦਸੇ ਵਾਪਰ ਜਾਂਦੇ ਨੇ ਜ਼ਹਿਰੀਲੇ ਕੀੜੇ ਮਕੌੜੇ ਲੜਨ ਦਾ ਡਰ ਵੀ ਰਹਿੰਦਾ ਹੈ ਪਰ ਫਿਰ ਵੀ ਈਸਾਈ ਭਾਈਚਾਰੇ ਦੇ ਲੋਗ ਔਕੜਾਂ ਪਾਰ ਕਰਦੇ ਹੋਏ ਇਸ ਕਬਰਿਸਤਾਨ 'ਚ ਜਾਂਦੇ ਨੇ ਤਾਂ ਉਦੋਂ ਤੱਕ ਅੰਤਮ ਰਸਮਾਂ ਵੀ ਰਹਿ ਜਾਂਦੀਆਂ ਨੇ ਇਹ ਤਸਵੀਰਾਂ ਜੰਡਿਆਲਾ ਗੁਰੂ ਦੇ ਕਬਰਿਸਤਾਨ ਦੀਆਂ ਨੇ ਜਿੱਥੇ ਤਾਬੂਤ ਲੈ ਕੇ ਮ੍ਰਿਤਕ ਦੇ ਨੂੰ ਲਿਜਾਣ ਦੀ ਕੋਸ਼ਿਸ਼ ਤਾਂ ਕਰਦੇ ਨੇ ਪਰ ਤੁਸੀਂ ਤਸਵੀਰਾਂ 'ਚ ਦੇਖੋ ਕਿ ਇਹਨਾਂ ਨੂੰ ਕਿੰਨੀਆਂ ਔਕੜਾਂ ਪਾਰ ਕਰਨੀਆਂ ਪੈਂਦੀਆਂ ਨੇ ਮੋਢਿਆਂ ਤੇ ਚੁੱਕਿਆ ਹੋਇਆ ਤਾਬੂਤ ਅਤੇ ਫਿਰ ਔਖੇ ਔਖੇ ਰਾ ਜਿੱਥੇ ਝਾੜੀਆਂ ਤੋਂ ਲੈ ਕੇ ਖੇਤ ਚਿੱਕੜ ਅਤੇ ਬੜਾ ਕੁਝ ਹੀ ਸਾਹਮਣੇ ਆ ਜਾਂਦਾ ਹੈ ਜਿਨ੍ਹਾਂ ਨੂੰ ਪਾਰ ਕਰਨਾ ਔਖਾ ਹੋ ਜਾਂਦਾ ਹੈ ਇਸਾਈ ਭਾਈਚਾਰੇ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਈ ਗਈ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਉਹ ਚਾਹੁੰਦੇ ਨੇ ਕਿ ਇਸ ਕਬਰਿਸਤਾਨ ਦੇ ਲਈ ਕੋਈ ਸਿੱਧਾ-ਸਿੱਧਾ ਰਾਹ ਬਣਾਇਆ ਜਾਏ ਜਿਸ ਕਰਕੇ ਉਹਨਾਂ ਦਾ ਸਮਾਂ ਵੀ ਬਚੇ ਅਤਿਵੰਤਮ ਰਸਮਾਂ ਵੀ ਪੂਰੀਆਂ ਕਰ ਸਕਣ ਅੰਤਿਮ ਯਾਤਰਾ ਕੱਢਣ ਲੱਗਿਆਂ ਕੋਈ ਮੁਸ਼ਕਿਲ ਨਾ ਆਵੇ ਪਰ ਪ੍ਰਸ਼ਾਸਨ ਦੇ ਵੱਲੋਂ ਅਜੇ ਤੱਕ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਗਈ ਹੈ। ਕਾਫੀ ਚੇਤਨਾ ਜੀ ਇੱਥੇ ਜਿਹੜਾ ਕਵਰਸਥਾਨ ਹੈ ਸਾਡਾ ਐ ਬਹੁਤ ਕੋਸ਼ਿਸ਼ਾਂ ਕੀਤੀਆਂ ਕੋਈ ਜਗ੍ਹਾ ਨਹੀਂ ਛੱਡੀ ਜਿੱਥੇ ਅਸੀਂ ਨਹੀਂ ਗਏ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਜਦੋਂ ਇੱਥੇ ਕਦੇ ਆ ਕੇ ਵੇਖੋ ਜਦੋਂ ਕਦੇ ਝੋਨੇ ਝੋਨੇ ਹੁੰਦੇ ਡੇਗਦੇ ਢੇਗਦੇ ਆਉਂਦੇ ਆ ਕਈ ਡੇਗਵੀ ਪੈਂਦੇ ਆ ਬੁਰਾ ਹਾਲ ਦਾ ਜਦੋਂ ਡੈਡ ਬਾਡੀ ਲੈ ਕੇ ਆਉਂਦਾ ਸਾਡੇ ਕੋ ਨੰਗੇ ਨਹੀਂ ਜਾਂਦਾ ਸਾਡੀ ਕਿਤੇ ਵੀ ਨਹੀਂ ਸੁਣਵਾਈ ਹੋਈ ਬੜੀ ਜਗ੍ਹਾ ਤੇ ਗਏ ਆ ਜਿੱਥੇ ਵੀ ਜਾਂਦੇ ਕੋਈ ਨਹੀਂ ਸੁਣਦਾ ਬਸ ਸੁਣ ਕੇ ਤੇ ਚੁੱਪ ਕਰ ਰਹਿੰਦਾ ਔਰ ਮਿਹਰਬਾਨੀ ਕਰਕੇ ਸਾਡੀ ਇਹ ਜਿਹੜਾ ਕਬਰਿਸਤਾਨ ਹੈ ਇਹਨੂੰ ਵੇਖ ਕੇ ਦਾ ਕੋਈ ਨਾ ਕੋਈ ਮਸਲਾ ਗਵਰਨਮੈਂਟ ਤੇ ਅੱਗੇ ਸਾਡੀ ਬੇਨਤੀ ਆ ਕਿ ਹੱਲ ਕਰੇ ਤਾਂ ਕੇ ਅਸੀਂ ਜਿਹੜਾ ਡੈੱਡ ਬਾਡੀ ਲੈ ਕੇ ਆਉਨੇ ਆ ਉਹਨੂੰ ਐਸੀ ਬੜੇ ਆਸਾਨੀ ਦੇ ਨਾਲ ਲਿਆਸੇ ਕਿਉਂ ਇਹਨੂੰ ਕੋਈ ਰਸਤਾ ਨਹੀਂ ਹੈਗਾ ਕਿਹ ਬਣੇ ਰਸਤਾ ਨਹੀਂ ਹੈਗਾ ਸਾਨੂੰ ਰਸਤਾ ਦਿੱਤਾ ਜਾਵੇ ਕਿ ਇਹ ਨਾ ਕਿ ਬਣੇ ਰਸਤਾ ਦਿੱਤਾ ਜਾਵੇ ਇਸ ਸੁਖਮਸੀਆ ਇਸ ਜਨਾਜ਼ੇ ਦੀ ਰਸਮ ਜਿਹੜੀ ਅੱਜ ਮੇਰੇ ਦੁਆਰਾ ਹੋਣੀ ਆ ਅੱਜ ਮੈਂ ਇਸ ਜਗ੍ਹਾ ਤੇ ਆਣ ਕੇ ਬੜਾ ਹੈਰਾਨ ਪਰੇਸ਼ਾਨ ਹੋਇਆ ਕਿ ਕਬਰਸਤਾਨ ਤੇ ਹੈ ਜਗ੍ਹਾ ਵੀ ਬੜੀ ਸੀ ਲੇਕਿਨ ਸਾਰੀ ਜਗ੍ਹਾ ਮੰਲੀ ਗਈ ਆ ਕੋਈ ਰਾਹ ਨਹੀਂ ਹੈਗਾ ਔਰ ਜਿੰਨੇ ਵੀ ਲੋਕ ਆਏ ਆ ਬੜੀ ਮੁਸ਼ਕਲ ਦੇ ਨਾਲ ਇੱਥੇ ਪਹੁੰਚਿਆ ਔਰ ਕੁਝ ਭੈਣਾ ਡਿੱਗੀਆਂ ਵੀ ਆ ਕੁਝ ਭਾਈ ਵੀ ਡਿੱਗਦੇ ਟਿੰਦੇ ਇੱਥੇ ਆਏ ਆ ਔਰ ਸਾਡੀ ਸਰਕਾਰ ਦੀ ਗਾੜੀ ਪ੍ਰਸ਼ਾਸਨ ਦੀ ਗਾੜੀ ਇਹ ਮੰਗ ਹੈਗੀ ਆ ਕਿ ਕਵਰਸਤਾਨ ਨੂੰ ਜਗ੍ਹਾ ਦਿੱਤੀ ਜਾਵੇ ਔਰ ਇਹਦੀ ਸਫਾਈ ਵਾਸਤੇ ਕੋਈ ਨਾ ਕੋਈ ਗ੍ਰਾਂਟ ਸ਼ੂ ਕੀਤੀ ਜਾਵੇ ਤਾਂ ਜੋ ਅਸੀਂ ਇਸ ਦੇ ਉੱਤੇ ਕੋਈ ਗ੍ਰਾਂਟ ਲਾ ਕੇ ਔਰ ਨਾ ਖਲੋਣ ਨੂੰ ਜਗ੍ਹਾ ਆ ਨਾ ਇੱਥੇ ਕਿਸੇ ਦੇ ਬਹਿਣ ਨੂੰ ਜਗ੍ਹਾ ਹੈਗੀ ਆ ਔਰ ਆ ਸਾਨੂੰ ਬਹੁਤ ਜ਼ਿਆਦਾ ਇਹ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਆ ਸਾਡੀ ਪ੍ਰਸ਼ਾਸਨ ਦੀ ਗਾੜੀ ਇਹ ਮੰਗ ਮੰਗ ਹੈਗੀ ਆ ਇਹਨੂੰ ਰਸਤਾ ਦਿੱਤਾ ਜਾਏ ਰਸਤਾ ਦਿੱਤਾ ਜਾਏ ਇਹਦੀ ਚਾਰਦੁਵਾਰੀ ਕਰਾਈ ਜਾਏ ਔਰ ਇੱਥੇ ਕੋਈ ਨਾ ਕੋਈ ਛੱਡ ਪਾ ਕੇ ਦਿੱਤਾ ਜਾਵੇ ਇਹ ਸਾਡੇ ਬ੍ਰਦਰ ਦੀ ਡੈਥ ਹੋ ਗਈ ਆ ਤੇ ਅਸੀਂ ਬਹੁਤ ਪਰੇਸ਼ਾਨੀਆਂ ਨਾਲ ਇੱਥੇ ਪਹੁੰਚ ਜੇ ਇੱਥੇ ਨਾ ਕੋਈ ਰਸਤਾ ਵਾ ਤੇ ਨਾ ਹੀ ਹਰ ਵਾਰੀ ਸਮੇਂ ਦੀਆਂ ਸਰਕਾਰਾਂ ਨੂੰ ਬੇਨਤੀ ਕੀਤੀ ਆ ਤੇ ਸਾਡੀ ਕਦੀ ਕਿਸੇ ਨੇ ਸੁਣੀ ਨਹੀਂ ਆ ਸਾਡੀ ਮੌਜੂਦਾ ਸਰਕਾਰ ਅੱਗੇ ਹੁਣ ਵੀ ਬੇਨਤੀ ਇਹੋ ਹੀ ਆ ਕਿ ਸਾਨੂੰ ਜਾਂ ਤੇ ਇਸ ਕਬਰਿਸਤਾਨ ਬਾਰੇ ਕੋਈ ਵੱਖਰੀ ਜਗ੍ਹਾ ਦੇ ਦਿੱਤੀ ਜਾਵੇ ਤੇ ਜਾਂ ਸਾਨੂੰ ਇੱਥੋਂ ਰਸਤਾ ਦਿੱਤਾ ਜਾਵੇ ਕੀ ਇਹ ਕਬਰਿਸਤਾਨ ਨੂੰ ਪਹਿਲਾਂ ਸ਼ੁਰੂ ਤੋਂ ਰਸਤਾ ਨਹੀਂ ਹੈਗਾ ਪਹਿਲਾਂ ਹੈਗਾ ਹੀ ਰਸਤਾ ਉਹ ਮਤਲਬ ਕਿ ਆਰਮੀ ਨੇ ਸਾਹਮਲੇ ਆਰਮੀ ਦੇ ਵਿੱਚੋਂ ਦੀ ਆਉਂਦਾ ਹੀ ਹੈ ਆਰਮੀ ਦੀ ਜਿੱਥੇ ਆ ਬਣੀ ਹੈ ਨਾ ਹੁਣ ਆ ਵਿੱਚੋਂ ਦੀ ਆਉਂਦਾ ਹੀ ਰਸਤਾ ਤੇ ਹੁਣ ਉਹ ਆਰਮੀ ਨੇ ਆਪਣਾ ਕਰ ਲਿਆ ਕਬਜ਼ਾ ਤੇ ਖਾਨੂ ਰਸਤਾ ਕੋਈ ਨਹੀਂ ਗਿਆ ਕਿ ਕਿੰਨੇ ਚਿਰ ਤੋਂ ਕਬਜ਼ਾ ਆਰਮੀ ਨੇ ਇਹ ਰਸਤਾ ਜਿਹੜਾ ਸੀ ਆਰਮੀ ਦੇ ਵਿੱਚੋਂ ਦੀ ਸਪਰਾਥ ਨਹੀਂ ਹੁੰਦਾ ਸੀ ਇਹ ਅੱਜ ਦਾ ਨਹੀਂ ਪਹਿਲਾਂ ਚਾਰਦਵਾਰੀ ਵੀ ਸੀ ਇਹਨੂੰ ਇਹ ਬਸ ਕਿਸਾਨਾਂ ਰਾਹੀਂ ਜਾਂ ਇਹ ਢਾਈ ਗਈ ਇਹ ਆਰਮੀ ਨੇ ਵੀ ਢਾਤੀ ਸਾਰੀ ਇਹਦੇ ਚਾਰਦਵਾਰੀ ਲਾ ਕੇ ਫਿਰ ਉਹਨਾਂ ਕੋਲ ਕਬਜ਼ਾ ਛਡਾਇਆ ਗਿਆ ਫਿਰ ਰਸਤਾ ਜਿਹੜਾ ਸੀ ਅੱਗੇ ਇਹਦੇ ਆਰਮੀ ਦੇ ਅੰਦਰੋਂ ਬਾਹਰ ਆਇਆ ਜੀ ਉਹਨੂੰ ਐਪਲੀਕੇਸ਼ਨ ਦਿੱਤੀ ਹੋਈ ਸੀ ਨਾ ਸੈਂਟਰ ਦੇ ਉੱਪਰ ਹੀ ਹੈਡ ਤੇ ਇਸ ਜਗ੍ਹਾ ਤੇ ਅਸੀਂ ਆਏ ਦੇਖੋ ਕਿੰਨੇ ਇਕੱਠੇ ਹੋਏ ਹੋਏ ਆ ਕਿੰਨੀ ਮੁਸ਼ਕਲ ਦੇ ਨਾਲ ਅਸੀਂ ਆਏ ਆ ਵੱਟਾ ਤੋਂ ਦੀ ਡਿੱਗਦੇ ਢੈਂਦੇ ਕਿਸ ਤਰ੍ਹਾਂ ਅਸੀਂ ਡੈੱਡ ਬਡੀ ਲੈ ਕੇ ਆਏ ਆ ਤੁਸੀਂ ਆਪ ਹੀ ਦੇਖੋਗੇ ਪਰ ਇਹ ਹੈ ਕਿ ਅਸੀਂ ਪ੍ਰਸ਼ਾਸਨ ਨੂੰ ਇਹ ਕਰਦੇ ਆ ਅਪੀਲ ਕਿ ਸਾਨੂੰ ਇੱਕ ਰਸਤਾ ਦਿੱਤਾ ਜਾਵੇ ਇੱਥੇ ਸਾਨੂੰ ਇੰਨੀ ਮੁਸ਼ਕਲ ਹੁੰਦੀ ਆ ਮਾਰਸ਼ ਆ ਜੇ ਮੇਕ ਨਹੀਂ ਆ ਜੇ ਤਾਂ ਹੀ ਕਿਸ ਤਰ੍ਹਾਂ ਇੱਥੇ ਡੈੱਡ ਬੋਡੀ ਲੈ ਕੇ ਆਵਾਂਗੇ ਤੇ ਸਾਨੂੰ ਜਗਾ ਘਟੋ ਕੱਟੋ ਸਾਨੂੰ ਜਗਾ ਦਿੱਤੀ ਜਾਵੇ ਰਸਤਾ ਦਿੱਤਾ ਜਾਵੇ ਤਾਂ ਕਿ ਆਸਾਨੀ ਦੇ ਨਾਲ ਆਸਾਨੀ ਦੇ ਨਾਲ ਅਸੀਂ ਆਪਣੀ ਡੈੱਡ ਬੋਡੀ ਜਿਹੜੀ ਆ ਇੱਥੇ ਲੈ ਕੇ ਆਈਏ ਕੁਝ ਦਿਨ ਪਹਿਲਾਂ ਵੀ ਅਸੀਂ ਇੱਥੇ ਡੈੱਡ ਬੋਡੀ ਲੈ ਕੇ ਆਏ ਜਦੋਂ ਬਹੁਤ ਮੰਦਾ ਹਾਲ ਸੀ ਹੁਣ ਵੀ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਅਸੀਂ ਇੱਥੇ ਮੁਸ਼ਕਲ ਦੇ ਨਾਲ ਪਹੁੰਚੇ ਆ ਕਿੰਨੇ ਪਰੇਸ਼ਾਨ ਹੁੰਦੇ ਓ ਤੋ ਪ ਗਰਮੀ ਸਰਦੀ ਹੋਵੇ ਤੇ ਸਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਆ ਤੇ ਬਸ ਤੁਸੀਂ ਇੱਥੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਆ ਇੱਥੇ ਬੈਠਣ ਨੂੰ ਉੱਠਣ ਵਾਸਤੇ ਵੀ ਜਗ੍ਹਾ ਬਣੀ ਜਾਵੇ ਔਰ ਸਾਨੂੰ ਰਸਤਾ ਦਿੱਤਾ ਜਾਵੇ ਸਾਡੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਆ ਬਸ ਸਾਡੀ ਆਪੀ ਸੁਣੋ ਕਿ ਰਸਤਾ ਕਿਨੇ ਘੇਰਿਆ ਆ ਕਿ ਸ਼ੌਨੀ ਨੇ ਘੇਰਿਆ ਆ ਹਾਂ ਇਹਨਾਂ ਨੇ ਘੇਰਿਆ ਆ ਰਸਤਾ ਸਾਡਾ ਹੈਗਾ ਹੀ ਪਹਿਲੋ ਹੈ ਲੋ ਹੈ ਗਾਹੀ ਰਸਤਾ ਇਹ ਦੇ ਵਿੱਚੋਂ ਦੀ ਲੈ ਕੇ ਆਂਦੇ ਹੁੰਦੇ ਸੀ ਤੇ ਹੁਣ ਪਰ ਹਾਂ ਸਾਡੀ ਜਗਾ ਵੀ ਕਿੰਨੀ ਘਟੀ ਹੋਈ ਆ ਜਗਾ ਤੇ ਕਿੰਨੀ ਇਹਨਾਂ ਨੇ ਆਪਣੇ ਵੱਲ ਲੈ ਲੀਆ ਖੇਚ ਲੀਆ ਕਿਸਾਨ ਵੀ ਲੈ ਗਏ ਤੇ ਔਰ ਇਹਨਾਂ ਨੇ ਵੀ ਬਲੀ ਹੋਈ ਛੋਨੀਆਂ ਵਾਲਿਆਂ ਦੀ